ਬਾਬਾ ਜਰਨੈਲ ਸਿੰਘ ਉਹਨਾਂ ਦਾ ਕਿਹੋ ਜਿਹਾ ਰੋਬ ਸੀ, ਉਹਨਾਂ ਦੇ ਕੋਲੋਂ ਸਮੇਂ ਦੀਆਂ ਸਰਕਾਰਾਂ ਕਿਤਨਾ ਥਰੀਅਰ ਥਰੀਅਰ ਕੰਬਦੀਆਂ ਸਨ। ਤੁਹਾਡੇ ਸਾਹਮਣੇ ਇਹ ਕਵਿਤਾ ਜੋੜੀ ਪੇਸ਼ ਕਰ ਰਹੀ ਹੈ ਬਾਬਾ ਜਰਨੈਲ ਸਿੰਘ ਦਾ ਸਮੁੱਚਾ ਜੀਵਨ, ਸਕੇ ਭਰਾ ਗੁਰਲਾਲ ਸਿੰਘ ਤੇ ਜੁਗਰਾਜ ਸਿੰਘ ਇਹ ਕਵਿਤਾ ਨੂੰ ਬੜਾ ਮਾਣ ਦਿੱਤਾ। ਅਮਰਜੀਤ ਸਿੰਘ ਜੀ ਸਭਰਾ ਦੀਆਂ ਲਿਖੀਆਂ ਹੋਈਆਂ ਲੈਣਾ ਤੁਹਾਡੇ ਸਾਹਮਣੇ ਸੰਤਾਂ ਦੀ ਚੜ੍ਹਤ ਜੋੜੀ ਇਹ ਇਉਂ ਬਿਆਨ ਕਰ ਰਹੀ ਹੈ ਜੀ। ਤੁਰੇ ਮਿੱਤਿਓ ਅੰਮ੍ਰਿਤ ਸਰੋਵਰ ਵੱਲ ਨੂੰ, ਪੰਪਰ ਸ਼ਹਿਰ ਦੇ ਸਾਥੀ ਕੁਝ ਨਾਲ ਵੀਰੋ, ਲੈ ਸਸਤਰੋਂ ਦੇ ਨਾਲ ਫੱਪਦੇ ਸੀ ਜੱਗੋ ਵੱਖਰੀ ਚੜ੍ਹਤ ਕਮਾਲ ਵੀਰੋ, ਬੱਚੀ ਦੇ ਰੋਬ ਤੋਂ ਡਰਦੀ ਸਰਕਾਰ ਕੰਬੇ, ਮਿੰਨਰਾ ਵਾਲਾ ਸੀ ਸਵਾਰ ਪਾਈ ਜਾਂਦੀ ਛੂਕਦੀ ਕਾਰ ਜਜਾਰੂਆਂ ਦੀ, ਗੱਲਾਂ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਜੋਸ਼ ਦੀ ਨੈਣਾ ਵਿੱਚ ਭੜਕਦੀ ਹੈ, ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ, ਬਿਜਲੀ ਮੌਤ ਦੀ ਉਹਨਾਂ ਸਿਰੀ ਕੜਕਦੀ ਹੈ, ਮੁੱਕੀ ਚੁੱਤ ਵੀ ਦਮਦ ਵੀ ਸੰਸਦਾਂ ਦਾ, ਕਿਹੜੀ ਕਰਨੀ ਦਾ ਪੂਰਾ ਜਤੇ ਮਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੱਲਾ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਕੀਤੇ ਬਚਨ ਛੂਕਦੀ ਕਾਰਜ ਜਾਰੂਆਂ ਦੀ, ਗੱਲਾਂ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਪੈਸਾ ਫੂਕੇ ਗਰੀਬ ਕਚਾਰੀਆਂ ਚ, ਫਿਰ ਵੀ ਕੋਈ ਇਨਸਾਫ ਦੀ ਆਸ ਨਹੀਂ ਸੀ ਪਿੰਡਰਾਂ ਵਾਲੇ ਦੇ ਲੱਗੇ ਦਰਬਾਰ ਵਿੱਚੋਂ, ਮੁੜਦਾ ਕੋਈ ਸਵਾਲੀ ਨਿਰਾਸ਼ ਨਹੀਂ ਸੀ ਸੋਭਾ ਕੋਦੇ ਨੇ ਸੰਤਾਂ ਦੀ, ਲੋਕ ਸਾਰੇ ਗਰਜੇ ਆਪਣੀ ਆਪਣੀ ਸਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਗੱਲਾਂ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ, ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ, ਛੇ ਗੁਰਾਂ ਨੇ ਕੀਤਾ ਸਦਾਤ ਲਾਗੂ, ਸ਼ਸਤਰ ਰੱਖੇ ਤੇ ਨਾਲ ਸਤਿਗੁਰ ਚੰਗੀ ਫੌਜ ਰੱਖੀ, ਰੋਕਣ ਵਾਸਤੇ ਅੱਧਿਆਂ ਚਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੱਲਾ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਦਸ਼ਣਾ ਵਿੱਚ ਦੇਣੀ, ਚੁੱਕਣ ਵਾਲਿਆਂ ਨਾਲ ਹਾਜ ਕਰਨਾ, ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ ਨਾਗਾ ਛੜ ਲੁਕਦੇ ਥਾਣੇ ਮਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਗੱਲਾਂ ਸ਼ੀਸ਼ਿਆਂ ਚੋਂ ਦਿਸਣ ਪਰ ਪਾਈ ਸਾਥੀ
ਸਿੰਘ ਜੀ ਅੱਠੋ ਪੈਰ ਹੀ ਬਾਬੇ ਦੇ ਨਾਲ ਰਹਿੰਦੇ। ਕਮਲ ਸਿੰਘ ਵਰਗੇ ਗੈਰਤਮੰਦ ਸੂਰੇ ਮੇਰੀ ਜ਼ੁਲਮ ਦੇ ਸਬਰ ਦੀ ਡਾਲ ਰਹਿੰਦੇ। ਓ ਅਮਰਤ ਜੀ ਸਿਆ ਮੌਤ ਵੀ ਜ਼ਿੰਦਗੀ ਹੈ, ਮਰਨ ਨੂੰ ਰਹਿਣ ਤਿਆਰ।